ਕੋ ਛੁੱਟੇ ਜੀ ਜੰਤ ਕੱਟੀ ਗਲੋਂ ਸਿਲਕ ਜਮ ਫਾਸੀ ਮੁਗਧ ਜੁਗਤ ਨਾਮੇ ਕੀ ਦੱਸ। ਸੋ ਮਹਾਰਾਜ ਕਹਿਣ ਲੱਗੇ ਸਾਲ ਸਰਾਏ ਹੀਰੇ ਨੂੰ ਲਈ ਫਿਰਦਾ ਲਾਲ ਨੂੰ ਕੀ ਹੈ ਇਹਦੇ ਵਿੱਚ? ਜਿਹੜਾ ਪਰਮੇਸ਼ੁਰ ਦਾ ਨਾਮ ਤੇਰੇ ਅੰਦਰ ਹੈ ਪਿਆਰਿਆ ਉਹਨੂੰ ਟੋਲ। ਕਾਇਆ ਨਗਰ ਨਗਰ ਗੜ੍ਹ ਅੰਦਰ, ਇਹਨੂੰ ਕਾਇਆ ਨਗਰ ਕਹਿੰਦੇ ਨੇ, ਇਹ ਕਿਲ੍ਹਾ ਹੈ ਨਗਰ ਗੜ੍ਹ ਅੰਦਰ। ਸਾਚਾ ਬਾਦਸ਼ਾਹ ਪੁਰਖ ਅਗਨੰਦਰ ਮਹਾਰਾਜ ਨੇ ਹੋਰ ਦੱਸ ਦਿੱਤਾ, ਕਹਿੰਦੇ ਵਾਹਿਗੁਰੂ ਵੱਸਦਾ ਕਿੱਥੇ? ਵੱਸਦਾ ਦਸਵੇਂ ਦੁਆਰੇ 'ਚ। ਅਸਥਲ ਸਥਾਨ ਸਦਾ ਨਿਰਮਾਇਲ, ਆਪੇ ਆਪ ਉਹ ਪਾਏਗਾ। ਉਸਨੇ ਪੈਦਾ ਕੀਤਾ ਇਸ ਸਥਾਨ ਨੂੰ, ਅੰਤਰ ਕੋਟ ਛੱਜੇ ਹਟ ਨਾਲੇ, ਆਪੇ ਲੇਵੇ ਬਸ ਸੰਭਾਲੇ, ਬੱਜਰ ਕਪਾਟ ਜੜੇ ਜੜ ਜਾਣੇ ਗੁਰਸ਼ਬਦੀ ਕੁਲਾਏਗਾ। ਗੁਰੂ ਦਾ ਸ਼ਬਦ ਲੈਣ 'ਤੇ ਵਿਪਾਦ ਇਹ ਖੁੱਲ ਜਾਇਆ ਕਰਦਾ। ਪੀਤਰ ਕੋਟ ਗੁਫਾ ਕਰ ਜਾਈ, ਨੌਕਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਵਾਰੀ ਆਪੇ ਲੱਖ ਲਿਖਾਏਗਾ। ਆਪਣੇ ਵਰਗਾ ਕੌਣ ਹੈ ਦੁਨੀਆਂ 'ਚ? ਇਸੇ ਕਰਕੇ ਇਹਨੂੰ ਨਰਨ ਰਹਿਣੀ ਦੇਹੀ ਕਿਹਾ, ਇਹਦਾ ਮੁੱਲ ਨਹੀਂ ਕੋਈ ਵੀ ਸਾਰ ਸਕਦੀ। ਬਹੁਤ ਕੀਮਤੀ ਸਰੀਰ ਹੈ ਇਹ ਸਰੀਰ, ਸਭ ਧਰਮ ਹੈ ਜਿਸ ਅੰਦਰ ਸੱਚੇ ਕਾ ਵਿੱਚ ਵਾਸ। ਹੁਣ ਮਹਾਰਾਜ ਦੀ ਗੱਲ ਨੂੰ ਕੌਣ ਆਪਾਂ ਨਾ ਕਰ ਦਾਂਗੇ? ਵਾਹਿਗੁਰੂ ਸਾਨੂੰ ਨਹੀਂ ਪਤਾ ਲੱਗਦਾ ਵੱਸਦਾ ਵਾਹਿਗੁਰੂ ਹੈ ਸਾਡੇ ਅੰਦਰ। ਗੋਹਜ ਰਤਨ ਵਿੱਚ ਛੁਪ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ। ਖੋਤ ਪੁਰਾਣੇ ਜ਼ਮਾਨਿਆਂ ਦੇ ਅੰਦਰ ਓਡ ਆਇਆ ਕਰਦੇ ਸੀ। ਇੱਥੇ ਜ਼ਮੀਨਾਂ ਜਿਹੜੀਆਂ ਸੀ ਪਾਣੀ ਘੱਟ ਸੀਗਾ, ਟਿੱਬੇ ਉੱਡਦੇ ਫਿਰਦੇ, ਕਦੇ ਕਿਸੇ ਦਾ ਖੇਤ ਰੋਕ ਲਿਆ, ਕਦੇ ਕਿਸੇ ਦਾ ਰੋਕ ਲਿਆ। ਸਾਰਿਆਂ ਨੂੰ ਇਹ ਪਤਾ ਇਹਨਾਂ ਗੱਲਾਂ ਦਾ। ਉਹ ਫਿਰ ਜਦ ਟਿੱਬਾ ਚੱਲਿਆ ਜਾਂਦਾ ਸੀ 10-20-50 ਸਾਲ ਤੋਂ ਬਾਅਦ, ਫਿਰ ਉਹ ਬਜ਼ੁਰਗ ਦੱਸਦੇ ਹੁੰਦੇ ਵੀ ਆਪਣਾ ਖੂਹ ਸੀਗਾ ਇੱਥੇ ਦੱਬ ਲਿਆ ਇਹਨੇ। ਫਿਰ ਉਹ ਓਡਾ ਕੋਲ ਜਾਂਦੇ ਸੀ, ਕਹਿੰਦੇ ਵੀ ਇਹ ਸਾਡੇ ਖੇਤ ਵਿੱਚੋਂ ਟਿੱਬਾ ਤਾਂ ਉੱਡ ਗਿਆ, ਇੱਥੇ ਖੂਹ ਦਾ ਪਤਾ ਕਰੋ ਕਿੱਥੇ ਆ। ਉਹ ਬੱਕਰੀਆਂ ਘੁਮਾਉਂਦੇ ਸੀ ਖੇਤਾਂ 'ਚ। ਬੱਕਰੀ ਦਾ ਸੁਭਾਅ ਹੈ ਜਿੱਥੇ ਖੂਹ ਹੋਵੇ ਉਹਦੇ 'ਤੇ ਪੈਰ ਨਹੀਂ ਧਰਦੀ, ਉੱਥੇ ਕੋਲ ਚੱਕਰ ਬਣਾ ਦੇਣਾ। ਫਿਰ ਉਹਨਾਂ ਨੂੰ ਇਹ ਕਹਿਣਾ ਵੀ ਤੁਸੀਂ ਉਹ ਕੱਢੋ ਖੂਹ, ਉਹਨੂੰ ਖੋਤ ਕਹਿੰਦੇ ਨੇ। ਫਿਰ ਉਹਨਾਂ ਨੇ ਲੱਗੇ ਲਗਾਏ ਖੂਹ ਦੇ ਵਿੱਚੋਂ ਮਿੱਟੀ ਕੱਢਣੀ, ਬਾਹਰ ਪਾਣੀ ਫਿਰ ਨਿਕਲ ਆਉਂਦਾ ਸੀ। ਮਹਾਰਾਜ ਕਹਿੰਦੇ ਐਵੇਂ ਜਿਵੇਂ ਤੁਹਾਡੇ ਅੰਦਰ ਪਰਮੇਸ਼ਰ ਹੈ ਨਾ, ਜਿਹੜਾ ਉਹ ਮਾਇਆ ਦੇ ਟਿਬਿਆਂ ਦੇ ਥੱਲੇ ਆ ਗਿਆ, ਇਹਨੂੰ ਗੁਰੂ ਨੂੰ ਕਹੋ ਵੀ ਇਹਦੇ ਵਿੱਚੋਂ ਕੱਢ ਕੇ ਦੇਵੇ ਤੁਹਾਨੂੰ। ਗੁਰਮੁਖ ਜਿਹੜਾ ਨਾ, ਉਹਦੀ ਜਦ ਸੇਵਕ ਬਣ ਜਾਂਦਾ ਫਿਰ ਉਹ ਦੱਸ ਦਿੰਦਾ ਤਰੀਕਾ ਵੀ ਐਂ ਕੱਢ ਲੈ ਇਹਨੂੰ ਪਰਮੇਸ਼ਰ ਤੋਂ ਅੰਦਰੋਂ। ਮਹਾਰਾਜ ਕਹਿੰਦੇ ਗੋਹਜ ਰਤਨ ਵਿੱਚ ਛੁਪ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋ। ਜਦ ਕੱਢਿਆ ਉਹਦੇ 'ਚ ਨਿਕਲਿਆ ਕਿ ਸਭ ਆਤਮ ਰਾਮ ਪਸਰਿਆ ਪਛਾਣਿਆ, ਤਾਂ ਇੱਕ ਰਵਿਆ ਇੱਕੋਤ ਪੋਤ। ਕੀ ਦੇਖਿਆ ਵੀ ਇਹ ਤਾਂ ਵਾਹਿਗੁਰੂ ਆ ਸਾਰੇ ਹੀ। ਜਿਹੜਾ ਵਾਹਿਗੁਰੂ ਮੇਰੇ ਅੰਦਰ ਆ, ਹੋਈ ਤੁਹਾਡੇ ਅੰਦਰ ਆ, ਹੋਈ ਬੀਬੀਆਂ ਦੇ ਅੰਦਰ ਆ, ਹੋਈ ਬੱਚੇ ਦੇ ਅੰਦਰ ਆ, ਹੋਈ ਮਹਾਂਪਾਪੀ ਦੇ ਅੰਦਰ ਆ, ਹੋਈ ਸੰਤ ਦੇ ਅੰਦਰ। ਸੰਤ ਨੂੰ ਪਛਾਣ ਆ ਗਈ, ਉਹਨੂੰ ਪਛਾਣ ਨਹੀਂ ਆਈ। ਹੈ ਉਹ ਵੀ ਮਾੜਾ ਨਹੀਂ ਹੈ, ਲੇਕਿਨ ਉਹਨੂੰ ਪਛਾਣ ਨਹੀਂ ਆ ਸਕੀ, ਪਤਾ ਨਹੀਂ ਲੱਗ ਸਕਿਆ, ਜੀਵਨ ਬਿਰਥਾ ਗੁਆ ਲਿਆ। ਸੋ ਉਸ ਵੇਲੇ ਇੱਕ ਮੰਨਿਆ ਇੱਕੋ ਸੁਣਿਆ ਸਰਵਣ ਸਰੋਤ, ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਵਣ ਸਰੋਤ। ਜਾਂ ਨਾਨਕ ਨਾਮ ਸਲਾਹ ਤੂੰ ਸੱਚ ਸੱਚੇ ਸੇਵਾ ਤੇਰੀ ਹੋ। ਸੋ ਇਸ ਤਰ੍ਹਾਂ ਵਾਰ ਵਾਰ ਮਹਾਰਾਜ ਸਮਝਾਉਂਦੇ ਨੇ, ਕਾਇਆ ਕੋਟ ਅਪਾਰ ਹੈ ਅੰਦਰ ਹੱਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਬਸ ਸੰਭਾਲੇ। ਜਿਹੜਾ ਗੁਰੂ ਦੇ ਰਾਹੀਂ ਹੋ ਕੇ ਸੌਦਾ ਕਰੇ ਨਾ, ਉਹ ਇਹ ਨਾਮ ਦੀ ਵਸਤ ਨੂੰ ਸੰਭਾਲ ਲੈਂਦਾ, ਬਾਕੀਆਂ ਦਾ ਤਾਂ ਨਾਲੇ ਚਲਿਆ ਜਾਂਦਾ। ਸਰੀਰ ਨੂੰ ਚੱਕ ਕੇ ਬੜੀਆਂ 'ਚ ਲੈ ਆਉਂਦੇ ਨੇ, ਇੱਥੇ ਅਗਲਾ ਕੀ ਉਹ ਗਿਆ ਆ, ਉਹ ਸੱਤ ਉਹ ਵੇਲ ਨਾ ਹੋਈ ਅਪੋਰਚੁਨਿਟੀ ਜਿਹਦੇ ਵਾਸਤੇ ਸਾਨੂੰ ਮਨੁੱਖਾ ਚਰਨ ਮਿਲਿਆ ਸੀ। ਨਾਮ ਨਿਧਾਨ ਹਰ ਬਣ ਗਿਆ ਹਈ ਰਹੇ ਪਰਵਾਲੇ, ਬਿਣ ਕਾਇਆ ਜੇ ਹੋਰ ਥੈ ਧਨ ਖੋਜਦੇ ਸੇ ਮੂੜ ਬੇਤਾਲੇ। ਕਹਿੰਦੇ ਭੂਤ ਨੇ ਉਹ ਜਿਹੜੇ ਬਾਹਰ ਰੱਬ ਨੂੰ ਭਾਲਦੇ ਫਿਰਦੇ ਨੇ। ਫਰੀਦਾ ਜੰਗਲ ਜੰਗਲ ਕਿਆ ਪਵੇ, ਬਣ ਕੰਡਾ ਮੋੜੇ ਬਸੀ ਰੱਬ ਹਿਆਲੀ ਆ, ਜੰਗਲ ਕਿਆ ਢੂੰਡੇ। ਤੂੰ ਆਪਣੇ ਅੰਦਰ ਖੋਜ ਮੁਰਸ਼ਦ ਨੂੰ ਮਿਲ ਕੇ, ਉਹ ਤੇਰੇ ਅੰਦਰੋਂ ਵਾਹਿਗੁਰੂ ਦਿਖਾ ਦੇਗਾ। ਸੇ ਉੱਜੜ ਭਰਮ ਭਵਾਈ ਆ ਜੋ ਝਾੜ ਮਿਰਗ ਭਾਲੇ, ਜਿਹੜੇ ਬਾਹਰ ਭੁੱਲ ਭਾਲਦੇ ਨੇ। ਕਹਿੰਦੇ ਮਿਰਗ ਦੇ ਇੱਥੇ ਨੇਫੇ ਤਾਂ ਹੁੰਦੀ ਆ ਕਸਤੂਰੀ, ਮੁਸਕ ਰਹਿੰਦਾ ਮਿਲਦਾ ਝਾੜੀਆਂ ਦਾ। ਸੋ ਇਸ ਕਰਕੇ ਮਹਾਰਾਜ ਕਹਿਣ ਲੱਗੇ ਪਿਆਰਿਆ ਤੇਰਾ ਜਨਮ ਜਿਹੜਾ ਨਾ, ਇਹਦਾ ਕੋਈ ਮੁੱਲ ਨਹੀਂ ਹੈ ਮਾਨਸ ਜਨਮ ਦਾ, ਇਹ ਵੱਡੇ ਹੀ ਭਾਗਾਂ ਦੇ ਨਾਲ ਪ੍ਰਾਪਤ ਹੋਇਆ। ਦੁਰਲੱਭ ਹੈ ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਤ ਨਾ ਬਾਰਾ ਵਾਰ, ਜੋ ਮਨ ਫਲ ਪਾ ਕੇ ਪੋਏਂਗੇ ਬਾਹਰ ਨਾ ਲੱਗ ਗਿਆ ਡਾਰ।
ਬਾਰ ਬਾਰ ਨਾ ਮਿਲਣੀ ਮਨੁੱਖ ਦੇਹੀ ਮਨੁੱਖ ਦੇਹੀ ਬਾਰ ਬਾਰ ਨਾ ਮਿਲਣੀ ਮਨੁੱਖ ਦੇਹੀ ਮਨੁੱਖ ਦੇਹੀ ਬਾਰ ਬਾਰ ਨਾ ਮਿਲਣੀ ਮਨੁੱਖ ਦੇਹੀ ਬਾਰ ਬਾਰ ਨਾ ਮਿਲਣੀ ਮਨੁੱਖ ਦੇਹੀ ਮਨੁੱਖ ਦੇਹੀ।